ਆਪਣਾ ਨਾਮ ਡਾਕਟਰ ਵਿਨੇ ਸ਼ਰਮਾ ਜੀ। ਕਿਹੜਾ ਰੋਡ ਪੈਂਦਾ? ਇਹ ਰਾਮਦੀਪ ਰੋਡ ਆ। ਠੀਕ ਹੈ ਜੀ। ਇੱਥੇ ਜਿੰਨੀਆਂ ਹੋਦੀਆਂ ਸਾਰੀਆਂ ਨੀਵੀਆਂ ਰਹਿ ਗਈਆਂ, ਸੜਕਾਂ ਉੱਚੀ ਕਰ ਲਈਆਂ, ਹੋਦੀਆਂ ਵਾਲਾ ਕੰਮ ਪਹਿਲੇ ਕੀਤਾ ਨਹੀਂ ਆਪਣਾ, ਹੁਣ ਇਹ ਹੋਦੀਆਂ ਪੁੱਟ ਕੇ ਸਲੈਂਡਰ ਹੀ ਪੁੱਟਦੇ ਆ, ਅਤੇ ਨਾ ਕੋਈ ਬੈਰੀਕੇਡ ਨਾ ਕੁਛ। ਅੱਜ ਤੋਂ 7-8 ਦਿਨ ਪਹਿਲੇ ਇੱਕ ਮੋਟਰਸਾਈਕਲ ਡਿੱਗਣ ਲੱਗਾ ਸੀ, ਉਹਦਾ ਮਸਾਂ ਬਚਾ ਆ, ਮੋਟਰਸਾਈਕਲ ਲੰਮਾ ਗਿਆ, ਖਿੱਚ ਖੁੱਚ ਕੇ ਬਾਹਰ ਕੱਢਿਆ, ਹੁਣ ਆ ਕਾਰ ਡਿੱਗ ਪਈ ਆ। ਅਤੇ ਦੇਖ ਤਾਂ ਸਾਨੂੰ ਕੋਈ ਬੈਰੀਕੇਡ ਨਹੀਂ ਗਾ ਕਿ ਬੰਦਾ ਦੂਰੋਂ ਹਨੇਰੇ ਵੇਲੇ ਕੋਈ ਆਉਣ ਡਿਆ ਮੋਟਰਸਾਈਕਲ ਦੀ, ਕਿ ਇਹਦੀ ਲਾਈਟ ਖਰਾਬ ਹੋਏ, ਘੱਟ ਹੋਵੇ, ਪਰ ਉਹਨੂੰ ਲਾਈਟ ਪੈਂਦੀ ਆ, ਉਹਦੇ ਵਿੱਚ ਡਿੱਗੂਗਾ। ਲੀਕ ਹੋ ਗਿਆ, ਇਹਨੂੰ ਦੁਬਾਰਾ ਪੁੱਟਣ ਲੱਗੇ ਸੀ, ਉਹਦੇ ਫਿਰ ਬੱਸਾਂ ਵਾਲਿਆਂ ਨੇ ਆਖਿਆ ਵੀ ਭਾਜੀ ਇਹ ਕੀ ਕਰਨ ਲੱਗੇ ਜੇ, 5 ਸਾਲ ਤੱਕ ਹੀ ਹੋ ਗਏ ਸਾਨੂੰ ਇਹ ਕੰਮ ਕਰਦੇ ਨੂੰ। ਉਹਨਾਂ ਨੇ ਮੁੜ ਕੇ ਡੀਸੀ ਸਾਹਿਬ ਨੇ ਮੁੜ ਕੇ ਆਸ਼ਵਾਸਨ ਦਿੱਤਾ ਵੀ ਨਹੀਂ ਪੁੱਟਦੇ ਨਹੀਂ ਆ, ਅਤੇ ਅੱਜ ਆਹ ਵੇਖ ਲਓ ਤੁਹਾਡੇ ਸਾਹਮਣੇ ਆਹ ਚਾਂਸ ਹੋ ਗਿਆ ਅੱਜ। ਹਜੇ ਕੋਈ ਪਤਾ ਨਹੀਂ ਆ ਵੀ ਬੰਦਾ ਵਿੱਚੋਂ ਨਿਕਲ ਗਿਆ ਕਿ ਨਹੀਂ ਨਿਕਲ ਗਿਆ, ਔਰ ਮੈਨੂੰ ਲੱਗਦਾ ਵੀ ਚਾਂਸ ਕੋਈ ਨਹੀਂ ਵੀ ਬੰਦਾ ਨਿਕਲ ਗਿਆ ਹੋਵੇ ਵਿੱਚੋਂ ਕਿ ਨਹੀਂ। ਰਾਜ ਜੀ, ਮੈਂ ਕਿਸੇ ਨੇ ਫੋਨ ਕਰਕੇ ਦੱਸਿਆ ਰਾਮ ਤੀਰਥ ਰੋਡ ਆ, ਅਤੇ ਰਾਧਾ ਸਵਾਮੀ ਸਤਸੰਗ ਦੇ ਸਾਹਮਣੇ ਮਾਲੀ ਮਰੂਤੀ ਕਾਰ ਆ ਚਿੱਟੇ ਰੰਗ ਦੀ, ਇਹ ਕੋਈ ਆਉਣ ਡਿਆ ਸੀ ਵਿਅਕਤੀ, ਉਹਨੇ ਇੱਥੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਇੱਧਰੋਂ ਗੱਡੀ ਵਾੜਤੀ, ਆਪ ਉਹ ਨਿਕਲ ਗਿਆ ਵਿੱਚੋਂ, ਉਹਨੂੰ ਸੱਟ ਨਹੀਂ ਕੋਈ ਲੱਗੀ, ਬਚਾਅ ਹੋ ਗਿਆ ਰਾਹ ਇਹਨਾਂ ਦੇ ਦੱਸਣ ਮੁਤਾਬਕ, ਅਤੇ ਗੱਡੀ ਜਿਹੜੀ ਵਿੱਚ ਉਹ ਮੋਦੀ ਡਿੱਗ ਪਈ ਉਹ ਆਪ ਚਲੇ ਗਿਆ, ਸਾਡੇ ਆਉਣ ਤੋਂ ਪਹਿਲਾਂ ਮਿਲਿਆ ਨਹੀਂ ਸਾਨੂੰ, ਹੁਣ ਅਸੀਂ ਭਾਲ ਉਹਦੀ ਕਰ ਰਹੇ ਹਾਂ ਵੀ ਕਿਹੜੇ ਹਸਪਤਾਲ ਗਿਆ, ਮੁੰਡੇ ਭੇਜੇ ਹਸਪਤਾਲਾਂ 'ਚ ਪਤਾ ਕਰਨ ਵਾਸਤੇ, ਅਤੇ ਬਾਕੀ ਕਰੇਨ ਵਾਸਤੇ ਭੇਜੇ ਆ ਬੰਦੇ ਕਰੇਨ ਲੈਣ ਵਾਸਤੇ, ਕਰੇਨ ਲਿਆ ਕੇ ਵਿੱਚੋਂ ਬਾਹਰ ਕੱਢਦੇ ਹਾਂ, ਬਾਕੀ ਪਤਾ ਲੱਗ ਜਾਏ ਗੱਡੀ ਦੀ ਆਰ ਸੀ ਨੰਬਰ ਤੋਂ ਕਿਹੜਾ ਇਹਦਾ ਮਾਲਕ। 30-35 ਕੁ ਫੁੱਟ ਹੋਣਾ ਦੂੰਗਾ ਟੋਆ। ਅਸੀਂ ਭੇਜੇ ਕਰੇਨ ਲੈਣ ਬੰਦੇ, ਫਿਰ ਵਿੱਚੋਂ ਕੱਢ ਕੇ ਕਾਰ ਦੇ ਬਾਅਦ 'ਚ ਵੇਖਾਂਗੇ, ਜੋ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ। देश विदेश की राज्य प्रदेश की सभी तरह की खबरों से जुड़े रहने के लिए हमारे चैनल को शेयर करें, अच्छा लगे तो लाइक करें और आगे बने रहने के लिए सब्सक्राइब करें।